ਗੋਵਿੰਦ ਮਿਲਨ ਕੀ ਹੈ ਤੇਰੀ ਵਰੀਆ ਭਾਈ ਪ੍ਰਾਪਤ ਮਾਨੁ ਖੁਦੇ ਹੋ ਰੀਆ ਗੋਵਿੰਦ ਮਿਲਨ ਕੀ ਹੈ ਤੇਰੀ ਵਰੀਆ ਬੜੇ ਸਿੰਪਲ ਹੈ ਅਰਥ ਕਰਨ ਦੀ ਲੋੜ ਨਹੀਂ ਕੋਈ ਵੀ ਸੰਗਤ ਵਿੱਚ ਐਸਾ ਪ੍ਰੇਮੀ ਨਹੀਂ ਹੈ ਜਿਹੜਾ ਇਹ ਗੱਲ ਨਾ ਸਮਝਦਾ ਹੋਵੇ ਲੇਕਿਨ ਇਹਦਾ ਉਹ ਅਸਰ ਨਹੀਂ ਹੁੰਦਾ ਜਿਹੜਾ ਹੋਣਾ ਚਾਹੀਦਾ ਮਾਮੂਲੀ ਗੱਲ ਹੈ ਮੈਂ ਇੱਕ ਘਰੋਗੀ ਮਿਸਾਲ ਦੇਣਾ ਕਿ ਧਾਨ ਵੀਜੇ ਹੋਏ ਨੇ ਧਾਨਾਂ ਦੀ ਖੇਤੀ ਹੈ ਤੇ ਨਹਿਰਾਂ ਦੇ ਜਿੱਥੇ ਮੋਗੇ ਪੈਂਦੇ ਨੇ ਖੇਤਾਂ 'ਚ ਉਥੇ ਬਾਰੀ ਬੰਦੇ ਨੇ ਇੱਕ ਮੀਰਾਬ ਹੁੰਦਾ ਹੈ ਸਾਂਝਾ ਬੰਦਾ ਇਮਾਨਦਾਰ ਉਹਦੇ ਘਰੀ ਵਗੈਰਾ ਦਾ ਪੂਰਾ ਇੰਤਜ਼ਾਮ ਹੁੰਦਾ ਹੈ ਇਮਾਨਦਾਰ ਹੁੰਦਾ ਹੈ ਸਭ ਨੂੰ ਵਿਸ਼ਵਾਸ ਹੁੰਦਾ ਉਸ ਟੋਟਲ ਜਿੰਨੀ ਏਕੜੇਜ ਹੈ ਉਹਦੇ ਉੱਤੇ ਉਹਨੂੰ ਉਹਦੇ ਉੱਤੇ ਤਕਸੀਮ ਕਰਦਾ ਵੀ ਸੱਤੀ ਦਿਨੀ ਪਾਣੀ ਆਉਣਾ ਚਾਹੀਦਾ ਕਿਉਂਕਿ ਉਹ ਧਾਨਾਂ ਨੂੰ ਜੇ ਪਾਣੀ ਲੇਟ ਆਵੇ ਤੇ ਇਹਨਾ ਫਟ ਜਾਂਦੀਆਂ ਉਹ ਫਿਰ ਉਹਨਿਆਂ ਨੂੰ ਉਹਦੇ ਤਕਸੀਮ ਕਰਦਾ ਤੇ ਏਕੜਾਂ ਦੇ ਹਿਸਾਬ ਨਾਲ ਦੱਸਦਾ ਕਿ ਭਾਈ ਏਕੜ ਦੇ ਉੱਤੇ 20 ਮਿੰਟ ਆ ਰਿਹਾ ਤੇ ਤਾਂ ਤੁਹਾਡਾ ਸੱਤੀ ਦਿਨੀ ਪੂਰਾ ਪੈਣਾ ਤੇ ਨਹੀਂ ਤਾਂ ਜੇ ਜ਼ਿਆਦਾ ਲਾਇਆ ਫਿਰ ਦਿਨ ਸਾਰਿਆਂ ਦੇ ਲੰਗ ਜਾਣਗੇ ਸਾਰੇ ਫੈਸਲਾ ਕਰ ਲੈਂਦੇ ਨੇ ਵੀ ਠੀਕ ਹੈ ਅਸੀਂ ਪਾਣੀ ਲਾ ਲਾਂਗੇ ਮੋਗਾ ਪੂਰਾ ਚੱਲਦਾ ਉਹ ਪਾਣੀ ਬਾਰੀ ਬਾਰੀ ਲੱਗਦਾ ਤੇ ਉਹ ਸਲਿੱਪਾਂ ਦੇ ਦਿੰਦਾ ਇੱਕ ਕਿਸਾਨ ਨੇ ਸਲਿੱਪ ਲੈ ਲਈ ਉਹਦੀ ਵਾਰੀ ਰਾਤ ਦੇ 12 ਵਜੇ ਤੋਂ ਸ਼ੁਰੂ ਹੁੰਦੀ ਸੀ ਦੂਸਰੇ ਦਿਨ ਸਵੇਰੇ ਖਤਮ ਹੋ ਜਾਂਦੀ ਸੀ ਤੇ ਉਹ ਜਿਸਾ ਪਾਣੀ ਲਾਉਣ ਵਾਸਤੇ ਆਉਂਦਾ ਆ ਕੇ ਪਹਿਲਾਂ ਖਾਲਾ ਚੈੱਕ ਕਰਿਆ ਉਹਨੇ ਜਿੱਥੋਂ ਨਿਕਲਦਾ ਸੀ ਪਾਣੀ ਮੋਗੇ ਤੋਂ ਸਾਰੇ ਦੇਖਿਆ ਮਜਬੂਤ ਆ ਬਟਾ ਤੇ ਅੱਗੇ ਆ ਕੇ ਆਪਣਾ ਖਾਲਾ ਘੜਿਆ ਸਾਰੇ ਨੱਕੇ ਠੀਕ ਕਰੇ ਐਨ ਤਿਆਰੀ ਕਰ ਲਈ ਪੂਰੀ ਤੇ ਅਜੇ 2 ਘੰਟੇ ਉਹਦੇ ਪਾਣੀ ਆਉਣ ਤੇ 2 ਜਾਂ 3 ਰਹਿੰਦੇ ਸੀ ਨੌਕਰਾਂ ਨੂੰ ਨਾਲ ਲਿਆਇਆ ਲੇਕਿਨ ਆਉਂਦਾ ਹੋਇਆ ਸ਼ਰਾਬ ਦੀਆਂ ਬੋਤਲਾਂ ਨਾਲ ਲਿਆਇਆ ਕਹਿੰਦਾ ਬਿੱਲੇ ਕੀ ਕਰਾਂਗੇ ਪੀਣ ਲੱਗ ਜਾਂਦੇ ਆ ਸ਼ਰਾਬ ਇੱਕ ਐਸਾ ਨਸ਼ਾ ਹੈ ਕਿ ਜਿਉਂ-ਜਿਉਂ ਆਦਮੀ ਪੀਂਦਾ ਹੈ ਉਹ ਕਹਿੰਦਾ ਮੈਨੂੰ ਨਹੀਂ ਨਸ਼ਾ ਹੋਇਆ ਮੈਂ ਬਿਲਕੁਲ ਠੀਕ ਹਾਂ ਲੇਕਿਨ ਹੋਇਆ ਹੁੰਦਾ ਇਹ ਚਾਰ ਹਾਲਤਾ ਹੁੰਦੀਆਂ ਸ਼ਰਾਬ ਦੀਆਂ ਪਹਿਲੀ ਦੇ ਵਿੱਚ ਜਦੋਂ ਪੀਂਦਾ ਹੈ ਭੇਗ ਤਾਂ ਉਹਨੂੰ ਤੋਤਾਵਸਥਾ ਪ੍ਰਾਪਤ ਹੁੰਦੀ ਹੈ ਉਹ ਜਿਹੜੇ ਬੰਦੇ ਦੇ ਮੂੰਹ ਵਿੱਚ ਜ਼बान ਨਾ ਹੋਵੇ ਉਹ ਵੀ ਗੱਲਾਂ ਕਰ ਜੋਏ ਚਾਰ ਪੀਂਦੇ ਨੇ ਚਾਰੇ ਹੀ ਬੋਲਣਗੇ ਇਕੱਠੇ ਸੁਣਨ ਵਾਲਾ ਕੋਈ ਵੀ ਨਹੀਂ ਆਉਂਦਾ ਉਹ ਆਪਣੀ ਗੱਲ ਕਹੂ ਆਪਣਾ ਹੀ ਰੌਲਾ ਪਿਆ ਪਿਆ ਦੂਸਰੇ ਹੁੰਦੇ ਆ ਉਹਨੂੰ ਸ਼ੇਰ ਵਰਗਾ ਹੌਸਲਾ ਹੁੰਦਾ ਉਹਦੇ ਨਾਲ ਉਹ ਕਹਿੰਦਾ ਵੇ ਜੇ ਤੈਨੂੰ ਫਲਾਣੇ ਨੇ ਕਿਹਾ ਸੀ ਮੈਨੂੰ ਖਬਰ ਕਿਉਂ ਨਾ ਭੇਜੀ ਮੈਂ ਐ ਕਰ ਦੰਦਾ ਐ ਕਰ ਦੰਦਾ ਹੁਣ ਦੱਸ ਕਿਹੜਾ ਹੈ ਤੇਰਾ ਅਸੀਂ ਤਾਂ ਐ ਕਰ ਦਾਂਗੇ ਜਦੋਂ ਤੀਸਰਾ ਪੀਗ ਪੀਂਦਾ ਹੈ ਉਸ ਵੇਲੇ ਉਹਨੂੰ ਗਧੇ ਦਾ ਗਧੇ ਦੀ ਪਦਵੀ ਹੁੰਦੀ ਹੈ ਦਾਲ ਵੀ ਉੱਤੇ ਸਟਲੂ ਖਾਂਦਾ ਕੁਝ ਪਤਾ ਹੀ ਨਹੀਂ ਹੈ ਵੀ ਕੀ ਖਾਣਾ ਦੁੱਧੇ ਦੇ ਹੀ ਖਾਈ ਜਾਊਗਾ ਚੌਥੀ ਹੁੰਦੀ ਹੈ ਮੁਰਦਾ ਇਹਦੀ ਜੇ ਬਾਜ਼ਾਰ ਵਿੱਚ गिर ਗਿਆ ਉਲਟੀ ਆ ਗਈ ਕੁੱਤੇ ਮੂੰਹ ਚਟਣ ਲੱਗ ਜਾਂਦੇ ਨੇ ਤੇ ਉਹ ਜਿਹੜਾ ਜ ਮੁਰਦਾ ਦੇਹ ਜ ਉਹ ਬੰਦਾ ਸੋਨੇ ਸ਼ਰਾਬ ਪੀ ਲਈ ਨੈਚਰਲੀ ਹੋ ਤਾ ਤੇ ਸਰ ਹੋਣਾ ਸੀ ਉਹ ਬਾਰੀ ਤੋਂ ਪਹਿਲਾਂ ਹੀ ਬੇਹੋਸ਼ ਹੋ ਕੇ ਪੈ ਗਿਆ ਬਾਰੀ ਜਿਹਦੀ ਸੀ ਉਹਨੇ ਪਾਣੀ ਲਾਇਆ ਜਿਹੜਾ ਅਗਲਾ ਸੀ ਉਹਨੇ 2 ਘੰਟੇ ਇੰਤਜ਼ਾਰ ਕਰਿਆ ਵੀ ਇਹ ਤਾਂ ਘਟਦਾ ਹੀ ਨਹੀਂ ਕੋਈ ਆਇਆ ਹੀ ਨਹੀਂ ਹੈ ਮੈਂ ਵੀ ਆਪਣਾ ਖੇਤ ਭਰ ਲਾਂ ਆਊਗਾ ਦੇਖੀ ਜਾ ਉਹਨੇ ਉਹਦਾਂ ਨੱਕਾ ਬੰਦ ਕਰ ਦਿੱਤਾ ਉਹ ਤਾਂ ਪਾਣੀ ਲਾ ਕੇ ਚਲੇ ਗਿਆ ਤੇ ਇਹਦਾ ਜਿਹੜਾ ਸੀ ਇਹ ਵੀ ਬੰਦ ਕਰਤਾ ਆਪਣੇ ਖੇਤ ਨੂੰ ਪਾਣੀ ਲਾ ਲਿਆ ਉਹ ਜਦੋਂ ਬਾਰੀ ਲੱਗ ਗਈ ਉਸ ਵੇਲੇ ਨੂੰ ਹੋਸ਼ ਆਈ ਹੋਸ਼ ਆਈ ਤਾਂ ਦੇਖੇ ਵਾਲੇ ਦਲੇ ਕਹੀ ਚੱਕੀ ਫਿਰੇ ਉਹਦੇ ਕੋਲ ਗਿਆ ਉਹ ਕਹਿੰਦਾ ਦੇਖ ਪਾਈ ਮੇਰਾ ਤਾਂ ਜਿਹੜਾ ਟਾਈਮ ਹੈ ਨਾ ਮੈਂ ਠੀਕ ਟਾਈਮ ਦੇ ਉੱਤੇ ਪਾਣੀ ਮੇਰੇ ਖੇਤ ਚ ਆਇਆ ਮੈਨੂੰ ਨਹੀਂ ਪਤਾ ਕਿ ਇਹਨੇ ਵੱਢ ਲਿਆ ਕਿ ਪਹਿਲੇ ਨੇ ਲਾ ਲਿਆ ਕਿ ਦੂਜੇ ਨੇ ਲਾ ਲਿਆ ਹੁਣ ਤੁਸੀਂ ਆਪੇ ਸੋਚੋ ਵੀ ਉਹਦਾ ਹਾਲ ਕੀ ਹੋਊ ਕਿੰਨਾ ਪੈਸਾ ਖਰਚਿਆ ਧਾਨਾਂ ਦਾ ਕੁਛ ਵੀ ਨਹੀਂ ਬਣਨਾ ਤੇੜਾਂ ਫਟ ਜਾਣ ਗਿਆ ਜਿਵੇਂ ਘੋਲੇ ਤੇ ਆਹ ਹੋਇਆ ਦਾਣਾ ਹੀ ਨਹੀਂ ਪੈਣਾ ਉਹ ਇੱਕ ਮਾੜੀ ਜੀ ਗੱਲ ਐ ਪਰ ਆ ਜਿਹੜਾ ਸਾਡੇ ਕੋਲ ਇੰਪੋਰਟੈਂਟ ਮਿਸ਼ਨ ਐ ਨਾ ਵੀ ਵੈਗਰੂ ਨੂੰ ਮਿਲਣਾ ਦਿਨ ਤਾਂ ਸਾਡੇ ਲੰਘਦੇ ਜਾ ਰਹੇ ਨੇ ਰੋਜ਼ ਸਾਨੂੰ 24000 ਰੁਪਏ ਦਾ ਘਾਟਾ ਪੈ ਰਿਹਾ ਨਿਤ ਜਿਹੜੇ ਵਪਾਰੀ ਨੂੰ 24000 ਦਾ ਘਾਟਾ ਰੋਜ਼ ਪੈਂਦਾ ਹੋਵੇ ਉਹਨੂੰ ਨੀਂਦ ਕਿਵੇਂ ਆ ਜਾਂਦੀ ਹੈ ਸੋ ਇਸ ਤਰ੍ਹਾਂ ਸਾਰਾ 70 ਜਏ 75 ਸਾਲ ਦੀ ਉਮਰ ਹੋਵੇ 100 ਸਾਲ ਦੀ ਹੋਵੇ 88 ਕਰੋੜ 66 ਲੱਖ ਸਵਾਸ ਮਿਲਦਾ ਜੇ 75 ਸਾਲ ਦੀ ਉਮਰ ਹੈ ਤਾਂ 66 ਕਰੋੜ 44 ਲੱਖ ਸਵਾਸ ਮਿਲਦਾ ਉਦੇ ਉਹਦੇ ਸਵਾਸ ਕਿੰਨੇ ਇੱਕ ਪਰਮੇਸ਼ਰ ਦੇ ਲੇਖੇ ਵਿੱਚ ਲਿਖੇ ਲਗੇ ਉਮਰ ਉਹ ਆ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਆ ਇਸ ਵਿੱਚ ਨੀਲੇ ਹੁਜਰੇ ਸਾਂਝ ਤੇ ਫਜਰੇ ਨਹੀਂ ਤਾਂ ਐਵੇਂ ਗਈ ਨਾ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਜ ਯਹੂ ਜੁਗਤ ਬਹਾਨੇ ਕਈ ਜਨਮ ਨਾਨਕ ਰਖ ਲਓ ਆਪਨ ਕਰ ਕਰ ਸੋ ਸਾਡੇ ਤੇ ਬਖਸ਼ਰਦੀ ਕਿਰਪਾ ਹੈ ਇੱਕ ਤਰ ਤੁਸੀਂ ਸਹੀ ਥਾਂ ਤੇ ਆ ਗਏ ਐਸ ਜਨਮ ਵਿੱਚ ਸਹੀ ਜਨ ਵਿੱਚ ਮੈਂ ਤਾਂ ਕਹਿੰਨਾ ਵੀ ਤੁਹਾਨੂੰ ਪੂਰਾ ਗੁਰੂ ਮਿਲ ਗਿਆ। ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਕੰਪਲੀਟ ਹੈ ਕਾਲ ਯੁੱਗ ਦੇ ਵਿੱਚ ਕੋਈ ਵੀ ਇਹਨਾਂ ਤੋਂ ਵੱਡਾ ਗਾਈਡ ਨਹੀਂ ਹੈ। ਉਹ ਤੁਹਾਨੂੰ ਪ੍ਰਾਪਤ ਹੋ ਗਿਆ। ਤੇ ਤੁਹਾਨੂੰ ਪ੍ਰੇਰਨਾ ਦੇ ਵਾਸਤੇ ਗੁਰੂ ਦੀ ਬਾਣੀ ਮਿਲ ਗਈ ਜੀ ਨੇ ਤੁਹਾਨੂੰ ਸਹੀ ਗਾਈਡ ਕਰਨਾ। ਤੇ ਹੁਣ ਜੇ ਅਸੀਂ ਐਡੀ ਇੱਕ ਕਨੈਕਸ਼ਨ ਅਵੇਲ ਕਰਕੇ ਫੇਰ ਵੀ ਨਾ ਕੁਝ ਕਰ ਸਕੀਏ। ਫੇਰ ਤਾਂ ਬੜੀ ਮੁਸ਼ਕਲ ਹੈ। ਫੇਤਾ ਅਸੀਂ ਘਾਟਾ ਪਾ ਕੇ ਚਲੇ ਜਾਵਾਂਗੇ ਥਾਂ ਦੇ ਉੱਤੋਂ ਜਿਵੇਂ ਪਹਿਲਾਂ ਕਈ ਜਨਮ ਗਏ ਇਹ ਵੀ ਚਲਿਆ ਗਿਆ ਅਖੀਰ ਹੁੰਦਾ ਕੀ ਹੈ ਜਿਹੜੀ ਚੀਜ਼ ਨਾਲ ਜਾਦੇ ਪਿਆਰ ਹੁੰਦਾ ਉਹ ਕਹਾਂ ਉਹਨੂੰ ਗਤੀ ਉਹੀ ਮਿਲਦੀ ਹੈ ਆ ਜਿਹੜੀ ਬਾਡੀ ਹੈ ਨਾ ਤੁਹਾਡੀ ਇਹਨੂੰ ਹਿਊਮਨ ਬਾਡੀ ਕਹਿੰਦੇ ਨੇ ਸਾਰੇ ਜਾਣਦੇ ਹੋ ਤੁਸੀਂ ਮੈਂ ਨਾ ਕਹੋ ਇਹਨੂੰ ਵੀ ਮਾਇਆ ਇਹ ਇਹ ਬਾਡੀ ਹੈ ਤੁਹਾਡੀ ਇਹਨਾਂ ਨੂੰ ਕਈ ਵਾਰੀ ਸਾਨੂੰ ਮਿਲੀ ਹੈ ਕਈ ਵਾਰੀ ਅਸੀਂ ਇਹ ਛੱਡੀ ਹੈ ਕਹਤੇ ਆ ਕਿ ਪਾਪ ਕਹਤੇ ਆ ਕਿ ਬੇਟੇ ਕਿਸੇ ਦਿਨ ਬੇਟੇ ਬਣ ਕੇ ਕਿਤੇ ਬਾਪ ਬਣ ਕੇ ਕਿਤੇ ਗੁਰੂ ਬਣ ਕੇ ਕਿਤੇ ਚੇਲੇ ਬਣ ਕੇ ਇਹ ਸਿਸਟਮ ਤੁਰਿਆ ਹੀ ਜਾ ਰਿਹਾ ਲੰਮਾ ਹੋ ਗਿਆ ਸੋ ਹੁਣੇ ਸਾਨੂੰ ਬੋਡੀ ਮਿਲੀ ਹੋਈ ਆ ਇਹ ਮੈਂ ਨਹੀਂ ਹੈਗਾ ਮੇਰੀ ਬੋਡੀ ਹੈ ਮੈਂ ਨਹੀਂ ਮੇਰਾ ਵਹੀਕਲ ਆ ਮੇਰੀ ਕਾਰ ਆ ਸਮਝ ਲੋ ਇਹ ਕੁਝ ਕਰਨ ਵਾਸਤੇ ਸਫਰ ਕੱਟਣ ਵਾਸਤੇ ਮਿਲੀ ਆ ਤੇ ਜੇਦਾ ਇਹ ਇਹਨੂੰ ਐਵੇਂ ਗਵਾਧਤਾ ਖਲਾਫ ਲਾ ਕੇ ਹੀ ਨਗਾ ਦਿੰਦਾ ਫੇਰ ਤਾਂ ਕੁਝ ਬਣਦਾ ਨਹੀਂ ਮਿਲੀ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ ਤੇ ਰਿਵਾਰਡ ਕੀ ਹੋਣਾ ਹੈ ਸਾਡੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਣਾ ਅਸੀਂ ਉਸ ਤੱਕ ਤੇ ਜਾ ਕੇ ਬਹਿ ਜਾਣਾ ਜਿੱਥੇ ਨਾ ਕਾਲ ਆਵੇ ਨਾ ਦੁੱਖ ਆਵੇ ਨਾ ਮੌਤ ਆਵੇ ਸਭ ਨੂੰ ਫਤਿਹ ਕਰ ਲੈਣਾ ਪਰ ਅਸੀਂ ਬੇਸਲੇ ਹੋ ਕੇ ਨੰਗ ਰਹੇ ਹਾਂ ਕਾਰਨ ਇਸ ਦਾ ਕੀ ਹੈ